ਜੀ ਅੱਜ ਦੀਆਂ ਖਬਰਾਂ ਵਾਂ ਲਾਈਏ ਤੇ ਸਭ ਤੋਂ ਪਹਿਲਾਂ ਜੋ ਹਾਊਸ ਸਪੀਕਰ ਦੀ ਚੋਣ ਹੋਣੀ ਹੈਗੀ ਆ ਯੂਐਸ ਦੇ ਲਈ ਸੋ ਉਹਦੇ ਲਈ ਕਾਫੀ ਕਸ਼ਮਕਸ਼ ਚੱਲ ਰਹੀ ਹੈਗੀ ਰਿਪਬਲਿਕਨ ਪਾਰਟੀ ਦੇ ਵਿੱਚ ক্লোਜ਼ਡ ਡੋਰ ਕਾਨਫਰੰਸ ਮੀਟਿੰਗ ਵੀ ਜੀਓਪੀ ਦੇ ਜਿੰਨੇ ਮੈਂਬਰਸ ਹੈਗੇ ਆ ਉਹਨਾਂ ਦੀ ਹੋਈ ਆ ਕਹਿੰਦੇ ਇੱਕ ਦੂਜੇ ਦੇ ਉੱਤੇ ਕਾਫੀ ਗਰਮੋ ਗਰਮੀ ਵੀ ਸੀਗੇ ਤੇ ਕੈਬਰਨ ਮਕਾਰਥੀ ਭਾਵੇਂ ਇਸ ਦੌੜ ਦੇ ਵਿੱਚ ਸਭ ਤੋਂ ਅੱਗੇ ਹੈਗੇ ਆ ਜੀਓਪੀ ਦੇ ਲੀਡਰ ਕਾਫੀ ਪੁਰਾਣੇ ਕਾਂਗਰਸਮੈਨ ਆ ਬੇਕਰਸਫੀਲਡ ਕੈਲੀਫੋਰਨੀਆ ਤੋਂ ਜੋ ਜੇ ਉਹ ਆਪਣੇ ਮੈਂਬਰਸ ਦੀ سپورਟ ਲੈ ਲੈਂਦੇ ਆ ਤੇ ਉਹ ਨੈਂਸੀ ਪਲੋਸੀ ਜੋ ਹਾਊਸ ਸਪੀਕਰ ਸੀਗੇ ਉਹਨਾਂ ਨੂੰ ਰਿਪਲੇਸ ਕਰਨਗੇ 20 ਦੇ ਕਰੀਬ ਜੀਓਪੀ ਦੇ ਮੈਂਬਰਸ ਆ ਕਹਿੰਦੇ ਭਈ ਉਹ ਕੈਵਨ ਮਕਾਰਥੀ ਦੇ ਅਗੇਂਸਟ ووٹ ਪਾਉਣ ਨੂੰ ਕਹਿੰਦੇ ਹੈਗੇ ਆ ਸੋ ਜੇ ਉਹਦੇ ਅਗੇਂਸਟ ਪਾਉਗੇ ਤੇ ਫੇਰ ਉਹਨਾਂ ਦੇ ਚੁਣਣ ਦੇ ਚਾਂਸ ਹੈ ਨਹੀਂ ਕੋਈ ਵੀ ਕਿਉਂਕਿ ਜਿਹੜਾ ਮੈਜੋਰਟੀ ਆ ਬੜੀ ਥੰ ਮੈਜੋਰਟੀ ਹੈਗੀ ਆ ਪਰ ਕਈ ਵਾਰੀ ਦੂਸਰੀ ਪਾਰਟੀ ਦੇ ਵਿੱਚੋਂ ਵੀ ਲੋਕ ਜਿਹੜੇ ਆ ਉਹ ਵੋਟ ਪਾ ਦਿੰਦੇ ਇਦਾਂ ਦਾ ਪਿਛਲੇ ਸਮੇਂ ਦੇ ਵਿੱਚ ਵਾਪਰਿਆ ਹੈਗਾ ਆ ਕੈਬਰਨ ਮਕਾਰਥੀ ਨੇ ਕਿਹਾ ਵੀ ਮੈਂ ਇਹ ਆਪਣੀ ਜਿਹੜੀ ਜੋਬ ਆ ਇਹ ਅਰਨ ਕੀਤੀ ਹੈਗੀ ਆ ਸੋ ਮੇਰੀ ਜਿਹੜੀ ਸਪੋਰਟ ਕਰਨੀ ਚਾਹੀਦੀ ਆ 218 ਵੋਟਸ ਮਕਾਰਥੀ ਨੂੰ ਚਾਹੀਦੀਆਂ ਹੈਗੀਆਂ ਹਾਊਸ ਸਪੀਕਰ ਬਣਨ ਦੇ ਲਈ ਤੇ ਜੋ ਰਾਈਟ ਵਿੰਗ ਵਾਲੇ ਹੈਗੇ ਆ ਰਿਪਬਲਿਕਨ ਪਾਰਟੀ ਚ ਉਹ ਉਹਨਾਂ ਨੇ ਕਈ ਛਾਤਾਂ ਜਿਹੜੀਆਂ ਆ ਉਹ ਕੈਬਰ ਮੁਕਾਰਤੀ ਦੇ ਲਈ ਰੱਖੀਆਂ ਆ ਕਿ ਤਾਂ ਅਸੀਂ ਸਪੋਰਟ ਕਰਾਂਗੇ ਜੇ ਤੁਸੀਂ ਆਹ ਹਾ ਕੋਸ਼ਿਸ਼ ਕਰੋਗੇ ਜਿਹਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੀ ਇਨਵੈਸਟੀਗੇਸ਼ਨ ਨੂੰ ਲੈ ਕੇ ਇਮੀਗ੍ਰੇਸ਼ਨ ਹੋਰ ਜਿਹੜੇ ਮਨੀ ਲੋਕਾਂ ਨੂੰ ਦਿੱਤੀ ਗਈ ਆ ਹੋਰ ਇਦਾਂ ਦੇ 2-4 ਜਿਹੜੇ ਪੁਆਇੰਟ ਹੈਗੇ ਆ ਪਰ ਹਜੇ ਜਿਹੜਾ ਆ ਕਾਫੀ ਰੌਲਾ ਰੱਪਾ ਪੈ ਰਿਹਾ ਤੇ ਅੱਜ ਇਹ ਮੇਰੇ ਖਿਆਲ ਨਾਲ ਵਾਈਟ ਹਾਊਸ ਦੇ ਵਿੱਚ ਸ਼ੁਰੂਆਤ ਹੋ ਗਈ ਹੈਗੀ ਆ VOTING ਦੇ ਸਬੰਧ ਦੇ ਵਿੱਚ ਤੇ ਦੇਖਦੇ ਹਾਂ ਕਿ ਕੌਣ ਜਿਹੜਾ ਹਾਊਸ ਸਪੀਕਰ ਯੂਐਸਏ ਦਾ ਬਣਦਾ ਹੈਗਾ ਬਿਲਕੁਲ ਚੈਂਬਰ ਦੇ ਵਿੱਚ ਜਿਹੜੀ ਕਾਂਗਰਸ ਦਾ ਚੈਂਬਰ ਹੈ ਉੱਥੇ ਜਿਹੜੀ ਉਹ ਰੋਲ ਕਾਲ ਜਿਹੜੀ ਹੋਣੀ ਹੈ 434 ਮੈਂਬਰ ਨਵੇਂ ਮੈਂਬਰ ਸੌ ਨਹੀਂ ਚੱਕ ਸਕਣਗੇ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਸਪੀਕਰ ਡਿਸਾਈਡ ਨਹੀਂ ਹੁੰਦਾ ਤੇ ਕਹਿੰਦੇ 100 ਸਾਲ ਪਹਿਲਾਂ ਇਦਾਂ ਹੋਇਆ ਸੀਗਾ ਜਦੋਂ 1 ਤੋਂ ਵੱਧ ਬੈਲਟ ਜਾਂ VOTING ਕਰਵਾਉਣੀ ਪਈ ਸੀ ਸਪੀਕਰ ਨਿਰਧਾਰਤ ਜਿਹੜਾ ਉਹ ਕਰਨ ਦੇ ਲਈ ਸੋ ਇਹ ਕਾਫੀ ਗੁੱਥਮ ਕੁੱਥਾ ਜਿਹੜਾ ਉਹ ਹੋਣ ਵਾਲੇ ਆ ਪਰ ਇਸ ਦੇ ਨਾਲ ਨਾਲ ਇਹ ਹੈਗਾ ਅਰਜਨ ਸਿੰਘ ਜੀ ਵੀ ਬਹੁਤ ਸਾਰੇ ਜਿਹੜੇ ਰਾਈਟ ਵਿੰਗ ਆਈ ਥਿੰਕ ਫਰੀडम ਕੌਕਸ ਜਿਹੜੀ ਉਹਨਾਂ ਨੇ ਬਣਾਈ ਸੀਗੀ ਜਿਹੜੇ ਕੁਝ ਰਿਪਬਲਿਕਨ ਪਾਰਟੀ ਵਾਲਾ ਜਿਨ੍ਹਾਂ ਚ ਲਾਰਨ ਬਾਬਰਟ ਮੈਟ ਗੇਟਸ ਸਕਾਟ ਪੈਰੀ ਐਂਡੀ ਬਿਗਜ਼ ਇਹ ਸਾਰਿਆਂ ਨੇ ਜਿਹੜੀ ਵਿਰੋਧਤਾ ਕੈਵਨ ਮਕਾਰਥੀ ਦੇ ਉਲਟ ਜਿਹੜੀ ਜਿਤਾਈ ਹੈ ਕਹਿੰਦੇ ਵੀ ਅੱਜ ਹੋ ਸਕਦਾ ਵੀ ਇਵੈਂਚੁਅਲੀ ਉਹ ਇਹਨਾਂ ਦੇ ਹੱਕ 'ਚ ਆ ਕੇ ਵੋਟ ਪਾ ਕੇ ਕੈਮਰਨ ਮਕਰਤੀ ਨੂੰ ਸਪੀਕਰ ਵੀ ਜਿਹੜੇ ਉਹ ਬਣਾ ਦੇਣ ਪਰ ਇਦਾਂ ਆ ਵੀ ਹੁਣ ਜਿਹੜਾ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਮੋਰੇ ਆਪਣਾ ਮੋਰਚਾ ਜਿਹੜਾ ਖੜਾ ਕਰ ਦਿੱਤਾ ਆ ਇਹ ਆਪਣੀ ਇੱਕ ਹਿਸਾਬ ਦੇ ਨਾਲ ਕਬਰ ਖੁਦ ਜਿਹੜੀ ਉਹ ਖੋਦ ਲੈਣਗੇ ਇਹ ਜਿਹੜੇ ਕੁਸ਼ਚ ਜਿਹੜੇ ਮੈਂਬਰ ਹੈਗੇ ਨੇ ਕਾਂਗਰਸਮੈਨ ਕਾਂਗਰਸ ਮੂਵਮੈਂਟ ਜਿਹੜੇ ਆ ਵੀ ਕਹਿੰਦੇ ਵੀ ਵੈਨ ਯੂ ਏਮ ਫਾਰ ਅ ਕਿੰਗ ਯੂ ਬੈਟਰ ਨਾਟ ਮਿਸ ਇਹ ਜਿਹੜੀ ਆਖੀ ਜਾਂਦੀ ਆ ਵੀ ਜੇ ਹੁਣ ਕੈਮਨ ਮਕਰਤੀ ਨੂੰ ਉਹਨਾਂ ਨੇ ਨਾ ਬਣਨ ਬਾਰੇ ਵਾਲੇ ਪਾਸੇ ਨੂੰ ਜਿਹੜਾ ਉਹ ਕੀਤਾ ਆ ਤੇ ਜੇ ਉਹਦੇ ਵਿੱਚ ਚੁੱਕ ਜਾਂਦੇ ਆ ਤੇ ਉਹਨਾਂ ਦੀ ਰੈਲੇਵੈਂਸੀ ਪੂਰੇ ਜੀਓਪੀ ਦੇ ਵਿੱਚ ਕਾਫੀ ਜ਼ਿਆਦਾ ਘਟ ਜਾਊਗੀ ਵੀ ਇਹ ਜਿਹੜੇ ਅੜਿੱਕਾ ਪਾਉਣ ਵਾਲੇ ਹੋ ਸਕਦੇ ਆ ਉਹ ਇਹ ਜਿਹੜੀ ਸੇਮ ਥਿੰਗ ਹਰਜੋ ਸਿੰਘ ਨੇ ਆਪਾਂ ਡੈਮੋਕ੍ਰੇਟ ਪਾਰਟੀ ਦੇ ਵਿੱਚ ਵੀ ਦੇਖੀ ਆ ਉਹਨਾਂ ਦਾ ਜਿਹੜਾ ਪ੍ਰੋਗਰੈਸਿਵ ਕੌਕਰਸ ਆ ਉਹ ਵੀ ਇਦਾਂ ਹੀ ਬਹੁਤ ਵੱਡੀ ਜਿਹੜੀ ਐਸਟੈਬਲਿਸ਼ਡ ਡੈਮੋਕ੍ਰੇਟ ਪਾਰਟੀ ਦੀ ਲਾਈਨ ਹੁੰਦੀ ਆ ਉਸ ਤੋਂ ਉਲਟ ਜਿਹੜਾ ਉਹ ਖੜਦਾ ਰਿਹਾ ਆ ਸੋ ਇਹ ਕਾਫੀ ਅੱਜ ਅ ਕੈ ਸਰ ਕਹਿ ਸਕਦੇ ਆ ਵੀ ਰੋਚਕ ਮਾਹੌਲ ਪੋਲਿਟਿਕਸ ਦੇ ਤੌਰ ਦੇ ਉੱਤੇ ਅਮਰੀਕਾ ਚ ਆਪਾਂ ਨੂੰ ਦੇਖਣ ਨੂੰ ਮਿਲੂਗਾ ਕਿਹੜਾ ਨਵਾਂ ਸਪੀਕਰ ਜਿਹੜਾ ਉਹ ਬਣਨਾ ਕਿਉਂਕਿ ਸਪੀਕਰ ਦਾ ਹੌਤਾ ਬਹੁਤ ਉੱਚਾ ਹੈ ਤੀਜੇ ਨੰਬਰ ਦੇ ਉੱਤੇ ਜਿਹੜਾ ਆ ਉਹ ਅੱਦਾ ਹੁੰਦਾ ਹੈ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਤੋਂ ਬਾਅਦ ਦੇ ਵਿੱਚ ਹਾਊਸ ਦੇ ਜਿਹੜੇ ਸਪੀਕਰ ਦਾ ਸੋ ਉਹ ਹੁਣ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ ਤੇ ਨਵੇਂ ਜਿਹੜੇ ਕਹਿ ਲਓ ਵੀ ਬਣੇ ਆ ਉਹ ਹੁਣ ਵੇਟ ਕਰ ਰਹੇ ਆ ਸਪੀਕਰ ਕਿਹਦੇ ਕੋਲ ਆਊਗਾ ਗੈਵਲ ਕਿਹਦੇ ਕੋਲ ਆਉਣਾ ਆ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਸਪੀਕਰ ਨੇ ਜਿਹੜੀ ਉਹ ਸੌਂ ਚਕਾਉਣੀ ਆ ਇਸ ਟਾਈਮ ਪੂਰੀ ਗਹਿਮ ਰਹਿਮੀ ਹਲਜੋਤ ਸਿੰਘ ਜੀ ਫਲੋਰ ਦੇ ਉੱਤੇ ਹਾਊਸ ਤੇ ਫਲੋਰ ਦੇ ਉੱਤੇ ਇਸ ਟਾਈਮ ਚੱਲ ਰਹੀ ਆ ਆਪਸ ਦੇ ਵਿੱਚ ਧੜੇਬੰਦੀਆਂ ਹੋ ਰਹੀਆਂ ਆ ਲੱਗ ਨਹੀਂ ਰਿਹਾ ਜਿਹੜਾ ਹਲਜੋਤ ਸਿੰਘ ਜੀ ਵੀ ਦੂਜੀ ਪਾਰਟੀ ਵੱਲੋਂ ਡੈਮੋਕ੍ਰੇਟ ਪਾਰਟੀ ਵੱਲੋਂ ਵੀ ਕੋਈ ਇਹਨਾਂ ਦੇ ਹੱਕ ਦੇ ਵਿੱਚ ਕੋਈ ਵੋਟ ਪਾ ਸਕਦਾ ਅਨਲੈਸ ਕੋਈ ਸਰਪ੍ਰਾਈਜ਼ ਜਿਹੜਾ ਉਸਦੇ ਵਿੱਚ ਹੋਵੇ ਪਰ ਹਾਲ ਦੀ ਘੜੀ ਕੋਈ ਇਦਾਂ ਦੀ ਕਿਆਸ ਨਹੀਂ ਜਿਹੜੀ ਉਹ ਲੱਗ ਨਹੀਂ ਰਹੀ ਨਾ ਹੀ ਕੋਈ ਜਿਹੜਾ ਹੋਣ ਦਾ ਜਾਇਆ ਕਈ ਜੀਓਪੀ ਦੇ ਸੋਰਸ ਸੀਐਨਐਨ ਦੇ ਮੁਤਾਬਕ ਇਹ ਕਹਿੰਦੇ ਆ ਵੀ ਸ਼ਾਇਦ ਮਕਰਤੀ ਇਹ ਅੱਜ ਦੀ ਜਿੱਤ ਜਿਹੜੀ ਆ ਉਹ ਲੱਭਣ ਦੇ ਵਿੱਚ ਕਾਮਯਾਬ ਨਾ ਰਹਿਣਗੇ ਸਾਬਕਾ ਹਾਊਸ ਸਪੀਕਰ ਜான் ਬੈਨਰ ਜਿਹੜੇ ਉਹਨਾਂ ਨੇ ਕਿਹਾ ਵੀ ਕੇਓਸ ਕੌਕਰਸ ਜਿਹੜੀ ਐਸ ਟਾਈਮ ਉਹ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਆ ਤੇ کافی ਜਿਹੜਾ ਰੌਲਾ ਹੈ ਕਿਉਂਕਿ ਇਹਨਾਂ ਦੀ ਥਿੰਨ ਮੈਜੋਰਟੀ ਆ ਬਹੁਤ ਚਾਰ ਸਿਰਫ ਵੱਧ ਇਹਨਾਂ ਦੇ ਮੈਜੋਰਟੀ ਦੇ ਨਾਲੋਂ ਮੈਂਬਰ ਨੇ ਤੇ ਕਈ ਜਿਹੜੀ ਆਪਾਂ ਦੇਖਿਆ ਵੀ ਇਹਨਾਂ ਦੇ ਵਿੱਚੋਂ ਕੁਝ ਮੈਂਬਰ ਜੀਓਪੀ ਵਾਲੇ ਉਹ ਡੈਮੋਕ੍ਰੇਟ ਪਾਰਟੀ ਨਾਲ ਰਲ ਕੇ ਉਹਨਾਂ ਦੇ ਵੀ ਇਸ਼ੂਸ ਨੂੰ ਜਿਹੜਾ ਉਹ ਪਾਸ ਕਰਾਉਂਦੇ ਰਹੇ ਆ ਸੋ ਕਾਫੀ ਰੋਚਕ ਮਾਹੌਲ ਜਿਹੜਾ ਹਰਜੋਤ ਸਿੰਘ ਜੀ ਬਣਨ ਵਾਲਾ ਆ ਕੋਈ ਸਕੈਂਡਲ ਨਾ ਹੋ ਜਵੇ ਸਕੈਂਡਲ ਇਹਦੇ ਵਿੱਚ ਇੱਕ ਜਿਹੜਾ ਹਰਜੋਤ ਸਿੰਘ ਜੀ ਸੈਂਟੋਸ ਵਾਲਾ ਉਹ ਬਣਿਆ ਪਿਆ ਆ ਅਜੀ ਉਹਦਾ ਨਹੀਂ ਪਤਾ ਵੀ ਉਹਦਾ ਭਵਿੱਖ ਕੀ ਬਣਨਾ ਜਿੰਨੇ ਜੋ ਝੂਠ ਬੋਲਣਾ ਸ਼ੁਰੂ ਕੀਤਾ ਹਰ ਇੱਕ ਤਰੀਕ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਆਪਣੇ ਆਪ ਨੂੰ ਟ੍ਰਾਂਸਜੈਂਡਰ ਕਹਿੰਦਾ ਰਿਹਾ ਤੇ 2019 ਤੱਕ ਇੱਕ ਜਨਾਨੀ ਦੇ ਨਾਲ ਉਹ ਵਿਆਹਿਆ ਹੋਇਆ ਸੀਗਾ ਤੇ ਹੁਣ ਦੇਖੋ ਅੱਗੇ ਕੀ ਬਣਦਾ ਆ ਆਪਣੇ ਜੂਡੀਸ਼ ਹੋਣ ਦਾ ਹਾਲੋਕਾਸਟ ਸਰਵਾਈਵਰ ਹੋਣ ਦਾ ਉਹਦੇ ਬਾਰੇ ਵੀ ਉਹਨੇ ਕਹਿੰਦੇ ਵੀ ਕਾਫੀ ਜਿਹੜੀਆਂ ਝੂਠੀਆਂ ਮਸਾਲਾ ਲਾ ਕੇ ਗੱਲਾਂ ਜਿਹੜੀਆਂ ਉਸ ਦੇ ਵਿੱਚ ਦਸੀਆਂ ਆ ਉਹ ਉਹਦੇ ਉਹਦੇ ਵੀ ਜਿਹੜੇ ਭਵਿੱਖ ਦੇ ਉੱਤੇ ਕਾਫੀ ਵੱਡਾ ਪ੍ਰਸ਼ਨ ਚਿੰਨ ਹੈਗਾ